19 ਦੇ ਰਿਵਿਊ ਦੀ ਮੀਟਿੰਗ ਅੱਜ ਸਾਰੇ ਜਲੰਧਰ ਦੀ ਹੋਈ ਹੈ ਔਰ ਜਲੰਧਰ ਦਾ ਸਾਰਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਮੈਡੀਕਲ ਪ੍ਰਸ਼ਾਸਨ ਔਰ ਸਾਰੇ ਐਮ ਐਲ ਏ ਸਮਾਨ ਇਸ ਵਿੱਚ ਸ਼ਾਮਿਲ ਹੋਏ ਔਰ ਅਸੀਂ ਜੋ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਜਲੰਧਰ 'ਚ ਉਸ ਤੋਂ ਸੈਟਿਸਫਾਈਡ ਕਿਉਂਕਿ ਜਲੰਧਰ ਵਿੱਚ ਸਾਡੇ ਕੋਲ ਬੈਡਸ ਦੀ ਅਵੇਲੇਬਿਲਟੀ ਆਕਸੀਜਨ ਦੀ ਉਹ ਬੜੇ ਅੱਛੇ ਤਰੀਕੇ ਨਾਲ ਮੈਨੇਜ ਐਡਮਿਨਿਸਟ੍ਰੇਸ਼ਨ ਨੇ ਕੀਤੀ ਔਰ ਅੱਜ ਵੀ ਜੋ ਸਾਨੂੰ ਫੀਡਬੈਕ ਮਿਲੀ ਹੈ ਉਹਦੇ ਵਿੱਚ ਹਾਲੇ ਵੀ ਜਿਹੜੇ ਸਾਡੇ ਕੋਲ ਅਵੇਲੇਬਲ ਬੈਡਸ ਹੈ ਉਹਨਾਂ 'ਚੋਂ 100-150 ਬੈੱਡ ਜਿਹੜਾ ਉਹ ਖਾਲੀ ਹੈ ਔਰ ਆਕਸੀਜਨ ਵੀ ਅਵੇਲੇਬਲ ਹੈ ਸੋ ਮੈਂ ਸਮਝਦਾ ਕਿ ਜਲੰਧਰ ਵਿੱਚ ਜਿਹੜੀ ਸਿਚੁਏਸ਼ਨ ਸਥਿਤੀ ਹੈ ਉਹ ਅੰਡਰ ਕੰਟਰੋਲ ਬਲੱਡ ਦੀ ਵੀ ਜਿਹੜੀ ਹੈਗੀ ਘਾਟ ਆਉਣ ਵਾਲੀ ਖੂਨ ਵਾਲੀ ਬਲੱਡ ਵੀ ਘੱਟਦਾ ਜਾ ਰਿਹਾ ਬਲੱਡ ਡੋਨਰਸ ਜਿਹੜੇ ਉਹ ਵੀ ਘੱਟਦੇ ਜਾ ਰਹੇ ਨੇ ਹੁਣ 1 ਮਈ ਤੋਂ ਜਿਹੜਾ ਕਿ ਜਿਹੜਾ ਹੈ ਕਿ ਵੈਕਸੀਨ ਤੋਂ ਬਾਅਦ ਹੋਰ ਵੀ ਜਿਹੜਾ ਕਿ ਯੂਜ਼ ਜਿਹੜਾ ਕਿ ਬਲੱਡ ਨੂੰ ਹਾਲੇ ਵੈਕਸੀਨ ਦੀ ਜਿਹੜੀ ਆਈ ਨਹੀਂ 18 ਤੋਂ ਬਾਅਦ 18 ਸਾਲ ਤੋਂ ਉੱਪਰ ਤੇ ਕਰਨੀ ਜਿਹੜੀ ਬਲੱਡ ਦੀ ਹੈ ਕਿਉਂਕਿ ਇਹ ਮਹਾਮਾਰੀ ਚੱਲ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਡੋਨਰਸ ਹੈ ਉਹ ਥੋੜ੍ਹੇ ਰਿਲੈਕਟੈਂਟ ਹੈ ਪਰ ਉਸ ਨੂੰ ਅਸੀਂ ਟੈਕਲ ਕਰਨ ਗਏ ਜਿਹੜਾ ਕੇਸ ਵੱਧਦੇ ਜਾ ਰਹੇ ਹੈ ਅਤੇ ਆਕਸੀਜਨ ਸਿਲੰਡਰ ਦੀ ਕਲਾ ਜਾਰੀ ਹੋਈ ਹੈ ਅੱਜ ਕੋਈ ਆਕਸੀਜਨ ਦੀ ਘਾਟ ਨਹੀਂ ਬਿਲਕੁਲ ਜਿਹੜੀ ਬਲੈਕ ਹੋਣ ਲੱਗੀ ਸਰ ਉਹਦੇ ਕਰਕੇ ਸਿਸਟਮੈਟਿਕਲੀ ਪ੍ਰਸ਼ਾਸਨ ਬਿਲਕੁਲ ਇਸ 'ਤੇ ਨਿਗਰਾਨੀ ਰੱਖੇ ਹੋਏ ਔਰ ਜਿੱਥੇ ਜਿੱਥੇ ਜਿਹੜੇ ਜਿੰਨੇ ਹੋਸਪਿਟਲ 'ਚ ਜਿੰਨੀ ਵੀ ਸਿਲੰਡਰ ਦੀ ਲੋੜ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਇੱਕ ਸਰ ਬੀਤੇ ਦਿਨ ਹੀ ਚੰਡੀਗੜ੍ਹ ਵਿਖੇ ਪ੍ਰਗਟ ਸਿੰਘ ਉਹਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਇੱਦਾਂ ਕਰੋ ਸਟਿੰਗ ਆਪਰੇਸ਼ਨ ਕਰੋ ਤੁਹਾਨੂੰ ਮੈਂ 25,000 ਇਨਾਮ ਵੀ ਦੇਵਾਂਗਾ ਵੱਧ ਜਿਹੜਾ ਸਟਿੰਗ ਆਪਰੇਸ਼ਨ ਕਿਸੇ ਵੀ ਰੈਮਡੇਸਿਵਿਰ ਤੋਸੀ ਅਤੇ ਉਸ 'ਤੇ ਕਰੇਗਾ ਅਤੇ ਉਹਦੇ ਬੇਸਿਸ 'ਤੇ FIR ਲੌਜ ਹੋਊਗੀ ਮੇਰੇ ਵੱਲੋਂ ਉਹਨਾਂ ਨੂੰ 25,000 ਕੈਸ਼ ਅਵਾਰਡ ਵੀ ਦਿੱਤਾ ਜਾਊਗਾ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼